दिखेंगे सर। स्पेशल डिस्काउंट का ही ढाई करके पर दे देंगे जी 17 सर। पक्का ठीक है जी। जिन्होंने टपन गला दा मतलब नहीं पता उन्होंने एक बार भाई दा दियो। बढ़िया एक करी डेमो दिखाओ कस्टमर। ठीक है जी। पर क्वालिटी है जी। ठीक है ते पाजी देख लो मुक्का मारे ने मतलब इन्हें कुछ नहीं होना। कुछ फर्क नहीं है भाजी। ठीक कुछ भी बजे दे दे जी जी। अपना साउंड क्वालिटी की गल करिए तो माड़े दर्शक ने जरा सुना के दिखा दो भाजी जी। हेडफोन ला के सुनोगे तो तुम पता लग जाएगा क्वालिटी की चीज है। बहुत ही बढ़िया क्वालिटी हैगी है। हाँ जी भी सत श्री अकाल दोस्तों, की हाल चाल। मैं थोड़ा अपना रुपिंदर सिंह एक बार फिर हाजिर हाँ चांदरू ब्लॉग से। अज एक बार फिर असं हाजिर हुए अकाल साहे इलैक्ट्रॉनिक से। पहला वीडियो में तुम बहुत प्यार दिता तो वीर जी ऐसी आप ऑफर लेके आ रहे हैं वीर जी। अच्छी आप गल करा LED TV ਦੇ ਰਿਗਾਰਡਿੰਗ ਸਾਡੀ ਸ਼ਾਪ ਜੋ ਕਿ ਅਕਾਲ ਸਹਾਇ ਇਲੈਕਟ੍ਰੋਨਿਕ ਸੋਗੜਾ ਗੇਟ ਜਲੰਧਰ ਤੋਂ ਹੈ ਜੀ। LED ਦੇ ਰਿਗਾਰਡਿੰਗ ਤੁਹਾਨੂੰ ਅਸੀਂ ਆਫਰਸ ਦੇਵਾਂਗੇ, ਬੈਸਟ ਪ੍ਰਾਈਸ ਬੈਸਟ ਕੁਆਲਿਟੀ ਦੇ ਡੀਲ ਕਰਾਂਗੇ। ਤੇ LED ਤੇ ਆਪਾਂ ਹੋਮ ਥੀਏਟਰ ਦਿਖਾਉਣ ਲੱਗੇ ਹਾਂ ਨਾ ਵੀਰ ਜੀ। ਬਿਲਕੁਲ ਜੀ ਬਿਲਕੁਲ। LED ਮਿਊਜ਼ਿਕ ਸਿਸਟਮ ਆਫਰਾਂ ਵਧੀਆ ਤੋਂ ਵਧੀਆ ਲੈ ਕੇ ਆਣੀ, ਜਿੱਦਾਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਕਹਿੰਦੇ ਆਫਰਾਂ ਬਹੁਤ ਵਧੀਆ ਦਿੱਤੀਆਂ ਸੀ ਆਪਾਂ, ਉਹ ਇਦਾਂ ਦੀ ਲੈ ਕੇ ਆਣੀ ਹੈ। ਠੀਕ ਹੈ ਜੀ। ਤੇ ਆਪਾਂ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਵੀਡੀਓ ਦੀ ਸ਼ੁਰੂਆਤ ਕਰਦੇ ਆ। ਠੀਕ ਹੈ ਭਾਜੀ। ਸੋ ਭਾਜੀ ਅੱਜ ਜਿਹੜਾ ਧਮਾਕੇਦਾਰ ਆਫਰ ਦੀ ਜਿਹੜੀ ਆਪਾਂ ਸ਼ੁਰੂਆਤ ਕਰਨੀ ਆ, ਆਪਾਂ ਕਿਹੜੀ LED ਤੋਂ ਕਰਨੀ ਹੈ ਕਿ ਪਰਚੇਸ ਵੱਧ ਤੋਂ ਵੱਧ ਕਰਨ ਜਿਹੜੇ ਭਾਜੀ? ਅੱਜ ਆਪਾਂ ਕਸਟਮਰਸ ਲੈ ਕੇ ਆਏ ਸਭ ਤੋਂ ਜ਼ਿਆਦਾ ਜਿਹੜੇ ਸਟਾਰਟਿੰਗ ਦੇ ਵਿੱਚ ਹਰ ਘਰ ਦੇ ਬੈਡਰੂਮ 'ਚ ਜਿਹੜੀ ਲੱਗੀ ਹੁੰਦੀ 32 ਇੰਚ ਸਾਈਜ਼ ਜਿਹੜਾ ਹੈ, ਤੁਸੀਂ ਦੇਖ ਸਕਦੇ 32 ਇੰਚ ਸਾਈਜ਼ ਹੈਗਾ ਜੀ। ਤੇ ਕਿਹੜੀ ਕੰਪਨੀ ਦੀ ਹੈ ਵੀਰ ਜੀ? 32 ਇੰਚ ਸਾਈਜ਼ ਦੀ ਜਿਹੜੀ ਬੇਸਿਕ ਸਟਾਰਟਿੰਗ ਹੈ ਜੀ ਸਾਡੇ ਕੋਲ 5500 ਤੋਂ ਸਟਾਰਟ ਹੋ ਜਾਂਦੀ ਜਿਹੜੀ ਨਾਰਮਲ LED। ਠੀਕ ਹੈ ਜੀ। ਜੇ ਆਪਾਂ ਸਮਾਰਟ ਦੀ ਗੱਲ ਕਰਾਂਗੇ, ਸਮਾਰਟ LED TV ਦੀ ਸਟਾਰਟਿੰਗ ਹੈ 6500 ਤੋਂ। ਪਿਕਚਰ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਸਾਰਿਆਂ ਦੀ, ਆ ਦੇਖ ਸਕਦੇ ਹੋ ਪਿਕਚਰ ਕੁਆਲਿਟੀ ਬਹੁਤ ਹੀ ਜ਼ਬਰਦਸਤ ਆ ਰਹੀ ਹੈ। ਤੇ ਇਸੇ ਤਰ੍ਹਾਂ ਹੁਣ ਭਾਜੀ ਆਪਾਂ ਜੇਕਰ ਅੱਗੇ ਵੱਲ ਵਧੀਏ ਤਾਂ ਆਪਾਂ ਕਿਹੜੀ LED ਦਿਖਾਣ ਲੱਗੇ ਆਪਾਂ ਆਪਣੇ ਕਸਟਮਰ ਨੂੰ? 32 ਇੰਚ ਤੋਂ ਬਾਅਦ ਗੱਲ ਕਰਾਂਗੇ ਜੀ। 32 ਇੰਚ ਤੋਂ ਬਾਅਦ ਸਾਈਜ਼ ਆਉਂਦਾ 40। ਠੀਕ ਹੈ ਜੀ। 40 ਇੰਚ ਜਿਹਨੂੰ ਆਪਾਂ ਕਹਿ ਸਕਦੇ ਹਾਂ। ਠੀਕ ਹੈ ਜੀ। 40 ਇੰਚ ਚੱਲਦਾ ਪਿਆ ਦੇਖੋ ਜੀ। ਠੀਕ ਹੈ, ਇਹ ਵੀ ਵੀਰ ਜੀ 40 ਇੰਚ ਹੀ ਹੈ ਦਾ ਜਿਹੜਾ ਸਾਈਜ਼ ਹੈਗਾ। ਦੇਖ ਸਕਦੇ ਆ ਸਮਾਰਟ TV ਹੈਗੀ ਆ, ਤੁਸੀਂ ਗਾਣੇ ਸੁਣੋ ਫਿਲਮਾਂ ਦੇਖੋ ਜੋ ਵੀ ਕਰੋ। ਫਿਲਹਾਲ YouTube ਤੇ ਪਿਕਚਰ ਕੁਆਲਿਟੀ ਦੇਖ ਸਕਦੇ ਹੋ। ਠੀਕ ਹੈ ਜੀ। ਆਪਾਂ ਗਾਣਾ ਪਲੇ ਕੀਤਾ। ਦੇਖ ਸਕਦੇ ਹੋ ਪਿਕਚਰ ਕੁਆਲਿਟੀ ਬਹੁਤ ਹੀ ਜ਼ਬਰਦਸਤ ਹੈਗੀ ਹੈ। ਤੇ ਭਾਜੀ 4K ਚੱਕ ਲੈਂਦੀ ਹੈ ਨਾ ਆਪਣਾ? ਬਿਲਕੁਲ ਜੀ ਬਿਲਕੁਲ, ਸਾਰੇ ਜਿਹੜੇ ਤੁਹਾਡੇ ਫਾਰਮੈਟ ਸਪੋਰਟ ਕਰੇਗੀ, ਤੁਹਾਡੀ 1080 ਤੱਕ ਫਾਰਮੈਟ ਸਪੋਰਟ ਕਰਦੀ ਹੈ ਜੀ। ਠੀਕ ਹੈ ਜੀ। ਫੁੱਲ ਸਮਾਰਟ ਹੈ, ਫੁੱਲੀ ਐਂਡਰੋਇਡ ਹੈ, ਇਹਦੇ ਚ YouTube, Netflix, Hotstar, Prime Video ਜਿਹੜੀ ਮਰਜ਼ੀ ਤੁਸੀਂ ਐਪਲੀਕੇਸ਼ਨ ਯੂਜ਼ ਕਰਨੀ ਯੂਜ਼ ਕਰ ਸਕਦੇ ਹੋ। ਤੇ ਆਪਾਂ ਨੂੰ ਵੀਰ ਜੀ ਕਿੰਨੇ ਦੀ ਮਿਲ ਜਾਏਗੀ ਜਿਹੜੀ 14 ਦੀ ਗੱਲ ਕਰਾਂਗੇ ਜੀ? ਅਗਰ ਆਪਾਂ ਬੇਸਿਕ TV ਦੀ ਗੱਲ ਕਰਾਂਗੇ, ਬੇਸਿਕ ਸਟਾਰਟ ਹੋ ਜਾਏਗਾ 10000 ਦੀ ਰੇਂਜ ਤੋਂ। ਠੀਕ ਹੈ ਜੀ। ਅਗਰ ਸਮਾਰਟ TV ਦੀ ਗੱਲ ਕਰਾਂਗੇ, ਸਮਾਰਟ ਸਟਾਰਟ ਹੋ ਜਾਏਗਾ 11500। ਠੀਕ ਹੈ। ਬਾਕੀ ਜਿਹੜੇ ਕਸਟਮਰ ਜਦੋਂ ਵਿਜ਼ਿਟ ਕਰਦੇ ਮੌਕੇ ਤੇ ਤੁਸੀਂ ਮਾਨ ਤਾਂ ਪੂਰਾ ਰਿਗਾਰਡ ਹੋਏਗਾ, ਜੋ ਕਸਟਮਰ ਸਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਸਾਡੇ ਕੋਲ ਸਕਰੀਨਸ਼ਾਟ ਲੈ ਕੇ ਆਏਗਾ, ਉਹਨੇ ਇੱਕ ਸਪੈਸ਼ਲ ਆਫਰ ਤੇ ਸਪੈਸ਼ਲ ਡਿਸਕਾਊਂਟ। ਠੀਕ ਹੈ ਜੀ। ਤੇ ਭਾਜੀ ਅੱਗੇ ਵੱਲ ਵਧੀਏ ਤਾਂ ਹੁਣ ਆਪਾਂ ਕਿਹੜੀ LED ਦੀ ਦਿਖਾਣ ਲੱਗੇ? 40 ਤੋਂ ਬਾਅਦ ਗੱਲ ਕਰਾਂਗੇ ਜੀ। 40 ਤੋਂ ਬਾਅਦ ਸਾਈਜ਼ ਆ ਜਾਂਦਾ 50 ਦੇ ਵਿੱਚ ਆ ਜਾਂਦਾ ਜੀ। ਠੀਕ ਹੈ ਜੀ। ਤੁਸੀਂ ਉੱਪਰ ਦੇਖ ਸਕਦੇ 50 ਸਾਈਜ਼ ਹੈਗਾ ਜੀ। ਠੀਕ ਹੈ ਜੀ। ਤੇ ਇਹਦੇ ਬਾਰੇ ਥੋੜੀ ਸਪੈਸੀਫਿਕੇਸ਼ਨ ਦੱਸੋ ਭਾਜੀ। ਫਰੇਮਲੈਸ ਪੀਸ ਹੈ ਜੀ, ਫੁੱਲ ਸਕਰੀਨ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ। ਇਨਬਿਲਟ 40 ਵਾਟ ਦੀ ਸਾਊਂਡ ਬਾਰ ਹੈ ਜੀ, ਪਿੱਛੇ ਲੱਗੀ ਹੋਈ ਹੈ, ਮਤਲਬ ਸਾਊਂਡ ਬਾਰ ਵਿੱਚ ਹੀ ਦਿੱਤੀ ਹੋਈ ਹੈ। ਠੀਕ ਹੈ, ਤੁਹਾਨੂੰ ਜਿਹੜੀ ਆਪਾਂ ਪਿਕਚਰ ਕੁਆਲਿਟੀ ਇਹਦੀ ਚੈੱਕ ਕਰਵਾਵਾਂਗੇ ਇੱਕ ਵਾਰੀ। ਬਹੁਤ ਹੀ ਵਧੀਆ ਜਿਹੜੀ LEDs ਵਗੈਰਾ ਭਾਜੀ ਤੋਂ ਪਈਆਂ। ਪਹਿਲਾਂ ਵੀ ਭਾਜੀ ਦੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ, ਤੁਸੀਂ ਪਿਕਚਰ ਕੁਆਲਿਟੀ ਚੈੱਕ ਕਰ ਸਕਦੇ ਹੋ। ਤੇ ਭਾਜੀ ਇਹਦਾ LED ਦਾ ਸਾਈਜ਼ ਕਿੰਨਾ ਦੱਸਿਆ ਸੀ ਆਪਾਂ ਨੇ? 50 ਸਾਈਜ਼ ਦਾ ਜੀ, ਬਾਕਸ ਤੇ 52 ਮੈਂਸ਼ਨ ਕੀਤਾ ਹੁੰਦਾ, ਬਟ ਸਾਈਜ਼ 50 ਹੋਏਗਾ। ਤੇ ਆਪਾਂ ਨੂੰ ਕਿੰਨੇ ਦੀ ਲੱਗ ਜਾਊਗੀ ਵੀਰ ਜੀ? ਜਿਹੜਾ ਤੁਸੀਂ ਇਹ ਮਾਡਲ ਦੇਖ ਰਹੇ ਹੋ ਜੀ, ਫਿਲਹਾਲ ਇਹ ਮਾਡਲ 21500 ਰੁਪਏ ਦੀ ਰੇਂਜ 'ਚ ਹੈ ਜੀ। ਇਹਦੀ ਜਿਹੜੀ ਬੇਸਿਕ ਮਾਡਲ 52 ਇੰਚ ਦੀ ਗੱਲ ਕਰੀਏ, ਸਾਡੇ ਕੋਲ ਸਟਾਰਟਿੰਗ 18000 ਰੁਪਏ ਤੋਂ ਆ। ਠੀਕ ਹੈ, 18000 ਦੀ ਹੋ ਜਾਂਦੀ ਹੈ। 1 ਇੰਚ ਸਾਈਜ਼ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ। ਤੇ ਫਰੇਮਲੈਸ, ਠੀਕ ਹੈ ਜੀ, 4K ਰੈਜ਼ੋਲੂਸ਼ਨ ਦੇ ਵਿੱਚ ਹੈ ਜੀ, ਤੁਸੀਂ ਰੈਜ਼ੋਲੂਸ਼ਨ ਵਿੱਚ ਚੈੱਕ ਕਰ ਸਕਦੇ ਹੋ। ਜੈਨੂਨ 2160 ਤੱਕ ਰੈਜ਼ੋਲੂਸ਼ਨ ਜਾਏਗੀ। ਠੀਕ ਹੈ ਜੀ। ਆਪਾਂ ਜੀ ਚੈੱਕ ਕਰਾ ਕੇ ਦਿਖਾ ਰਹੇ ਨੇ, ਤੁਸੀਂ ਦੇਖ ਸਕਦੇ ਹੋ। ਤੇ ਇਹਦੇ ਬਾਰੇ ਥੋੜੀ ਜਿਹੀ ਸਪੈਸੀਫਿਕੇਸ਼ਨ ਦੱਸੋ ਭਾਜੀ, ਕੀ ਕੀ ਇਹਦੇ ਵਿੱਚ ਜਿਹੜੀ ਖਾਸੀਅਤ ਹੈਗੀ ਹੈ? ਫਰੇਮਲੈਸ ਪੀਸ ਹੈ ਜੀ, ਫੁੱਲੀ ਸਮਾਰਟ ਹੈ, ਫੁੱਲੀ ਐਂਡਰੋਇਡ ਹੈ। ਠੀਕ ਹੈ। 16GB ਦੀ ਸਟੋਰੇਜ ਦੇ ਨਾਲ ਹੈ, 2GB RAM ਹੈ। ਠੀਕ ਹੈ ਜੀ। ਇਹ ਕੁਆਲਿਟੀ ਚੈੱਕ ਕਰ ਸਕਦੇ ਹੋ, ਜਿਵੇਂ ਪਿਓਰ ਸ਼ੀਸ਼ੇ ਵਰਗੀ ਜਿਹੜੀ ਹੈ ਕੁਆਲਿਟੀ, ਇਹਦਾ ਲੱਗ ਰਿਹਾ ਰੀਅਲ 'ਚ ਉੱਥੇ ਪਹੁੰਚੇ ਹੋਏ ਆ। ਸੋ ਭਾਜੀ ਇਹਦਾ ਪ੍ਰਾਈਸ ਤੁਸੀਂ ਕਿੰਨਾ ਰੱਖਿਆ ਆਪਾਂ? ਇਹ ਪ੍ਰਾਈਸ ਸਰ ਸਾਡੇ ਵਿਊਅਰਸ ਲਈ ਉਹਦਾ ਦਾ ਪ੍ਰਾਈਸ ਹੈਗਾ 45000। ਠੀਕ ਹੈ ਜੀ। ਜਿਹੜਾ ਸਾਡੇ ਕੋਲ ਵੀਡੀਓ ਦੀ ਰੈਫਰੈਂਸ ਦੇ ਕੇ ਆਏਗਾ ਉਹਨੂੰ ਸਿਰਫ 42000 ਦੇ ਵਿੱਚ ਪ੍ਰੋਵਾਈਡ ਕਰਾਂਗਾ। ਠੀਕ ਹੈ, ਪੱਕੀ ਇਹ ਗੱਲ ਹੈ ਭਾਜੀ? ਬਿਲਕੁਲ ਪੱਕੀ ਗੱਲ ਹੈ ਜੀ। ਸਾਡੀ ਵੀਡੀਓ ਸ਼ੇਅਰ ਕਰਕੇ, ਲਾਈਕ ਕਰਕੇ, ਕਮੈਂਟ ਕਰਕੇ ਸਾਡੇ ਕੋਲ ਆਓ, ਜ਼ਰੂਰ ਤੁਹਾਨੂੰ ਦੇਵਾਂਗੇ ਜੀ 42000। ਤੇ ਅੱਗੇ ਵੱਲ ਵਧੀਆ ਤਾਂ ਭਾਜੀ ਇਹ ਜਿਹੜੀ ਆਪਣੀ ਨੈਕਸਟ LED ਹੈਗੀ ਹੈ ਵੀ, ਇਹਦਾ ਸਾਈਜ਼ ਭਾਜੀ ਕਿੰਨਾ ਹੋਏਗਾ? 60 ਇੰਚ ਸਾਈਜ਼ ਹੈ ਜੀ। ਠੀਕ ਹੈ ਜੀ। ਪ੍ਰੋਪਰ ਜਿਹੜਾ 55 ਸਾਈਜ਼ ਹੁੰਦਾ, ਬਾਕਸ 60 ਮੈਂਸ਼ਨ ਕੀਤਾ ਹੁੰਦਾ। ਠੀਕ ਹੈ ਜੀ।
ਇਹਦੀ ਜਿਹੜੀ ਤੁਸੀਂ ਪਿਕਚਰ ਕੁਆਲਿਟੀ ਦੇਖ ਸਕਦੇ ਹੋ ਵੀ 4K ਰੈਜ਼ੋਲੂਸ਼ਨ ਦੇ ਵਿੱਚ ਹੈ ਜੀ। ਅਰੇ ਲੋ ਗਾਣਾ ਲਾ ਕੇ ਦਿਖਾ ਰਹੇ ਬਾਈ ਜੀ ਹੁਣੀ ਰੈਜ਼ੋਲੂਸ਼ਨ ਦੇਖ ਸਕਦੇ ਜੀ ਰੈਜ਼ੋਲੂਸ਼ਨ। ਠੀਕ ਹੈ ਜੀ ਆ ਦੇਖੋ ਇਹ ਦੇਖੋ ਜੀ 2160 ਤੱਕ ਜਿਹੜੀ ਰੈਜ਼ੋਲੂਸ਼ਨ ਜਾਏਗੀ ਪ੍ਰੋਪਰ। ਠੀਕ ਹੈ ਜੀ ਤੇ ਇਹਦੇ ਅਗਰ ਜੇਕਰ ਆਪਾਂ ਮੁੱਲ ਦੀ ਗੱਲ ਕਰੀਏ ਕੀਮਤ ਕਿੰਨੇ ਦੀ ਲੱਗ ਜੂਗੀ ਆਪਾਂ ਨੂੰ ਵੀਰ ਜੀ? ਫਿਲਹਾਲ ਜਿਹੜਾ ਇਹਦਾ ਪ੍ਰਾਈਸ ਹੈ ਜੀ 29,000 ਦੀ ਪ੍ਰਾਈਸ ਰੇਂਜ ਦੇ ਵਿੱਚ ਹੈਗੀ ਹੈ। ਠੀਕ ਹੈ ਜੀ ਜਿਹੜੇ ਸਾਡੇ ਵਿਊਅਰਸ ਲਈ ਸਪੈਸ਼ਲ ਡਿਸਕਾਊਂਟਡ ਪ੍ਰਾਈਸ ਹੈਗਾ ਜੀ 27,000 ਦੇ ਵਿੱਚ ਪ੍ਰੋਵਾਈਡ ਕਰਾਵਾਂਗੇ। ਠੀਕ ਹੈ ਤੇ ਭਾਜੀ ਐਤਕੀ ਜਿਹੜੇ ਆਪਾਂ ਵੀਡੀਓ ਜਿਹੜੀ ਆਪਣੇ ਪੰਜਾਬ ਦੇ ਵਿੱਚ ਵੀ ਜਾਂਦੀ ਆਊਟ ਆਫ ਇੰਡੀਆ ਵੀ ਜਾਂਦੀ ਤੇ ਪੰਜਾਬ ਵਾਲਿਆਂ ਦੀ ਕੋਈ ਆਫਰ ਲੈ ਕੇ ਆਓ। ਬਿਲਕੁਲ ਆਫਰ ਲੈ ਕੇ ਆ ਰਹੇ ਹਾਂ ਭਾਜੀ, ਜਿਹੜਾ ਅੱਗੇ ਸਾਡੀ ਹੈ ਹੋਮ ਡਿਲੀਵਰੀ ਪ੍ਰੋਵਾਈਡ ਕਰਾਉਂਦੇ ਸੀਗੇ ਬਟ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਸੀਗੀ। ਅੱਛਾ ਜੀ ਹੁਣ ਕੈਸ਼ ਔਨ ਡਿਲੀਵਰੀ ਵੀ ਕੱਢਤੀ? ਬਿਲਕੁਲ ਜੀ ਬਿਲਕੁਲ, ਹੁਣ ਜਿਹੜਾ ਹੈਗਾ ਜਲੰਧਰ ਦੇ ਆਊਟਰ 100 ਕਿਲੋਮੀਟਰ ਦੇ ਏਰੀਏ ਦੇ ਵਿੱਚ 100 ਕਿਲੋਮੀਟਰ ਏਰੀਆ ਸਾਨੂੰ ਕੋਈ ਵੀ ਕਸਟਮਰ ਕਾਲ ਕਰਦਾ ਵਟਸਐਪ ਤੇ ਮੈਸੇਜ ਕਰਦਾ ਦਿੱਤੇ ਹੋਏ ਨੰਬਰਾਂ ਤੇ ਉਹਨੂੰ ਪ੍ਰੋਡਕਟ ਦੀ ਪੂਰੀ ਕੈਟਾਲੋਗ ਪ੍ਰੋਵਾਈਡ ਕਰਾਈ ਜਾਏਗੀ। ਅਗਰ ਫਾਈਨਲ ਹੁੰਦਾ ਪ੍ਰੋਡਕਟ ਤੇ ਉਹਨਾਂ ਦੇ ਘਰ ਸਾਡੇ ਲੜਕਾ ਜਾਏਗਾ ਦੇ ਕੇ ਚੈੱਕ ਕਰਾ ਕੇ ਉੱਥੇ ਪੇਮੈਂਟ ਰਿਸੀਵ ਕਰ ਲਈ ਜਾਏਗੀ, ਫੁੱਲੀ ਕੈਸ਼ ਔਨ ਡਿਲੀਵਰੀ ਹੋਏਗੀ। ਠੀਕ ਹੈ ਜੀ ਤੇ ਇਹ ਗੱਲ ਪੱਕੀ ਆ ਆਪਾਂ ਵੀਡੀਓ ਦੇ ਵਿੱਚ ਨਹੀਂ ਗਈ, ਸ਼ੋਰ ਹੈ ਜੀ। ਠੀਕ ਹੈ ਜੀ ਬਿਲਕੁਲ ਜੀ। ਸੋ ਭਾਜੀ ਹੁਣ ਆਪਾਂ ਅੱਗੇ ਨੈਕਸਟ ਆਪਾਂ ਕੀ ਚੀਜ਼ ਦਿਖਾਉਣ ਲੱਗੇ ਆ ਆਪਾਂ ਜਿਹੜੇ ਆਪਣੇ ਕਸਟਮਰਾਂ ਨੂੰ? ਇਹ ਐਲਈਡੀ ਮੈਂ ਦੇਖ ਰਿਹਾ ਭਾਜੀ, ਇਹ ਐਲਈਡੀ ਦੇ 4 ਡੱਬੇ ਲੱਗੇ, ਇਹਦੇ ਬਾਰੇ ਕੀ ਮਤਲਬ ਕੀ ਲਾਇਆ ਇਹ ਚੀਜ਼? ਇਹ ਵੀਟੈਕ ਦੀ ਐਲਈਡੀ ਹੈ ਜੀ। ਠੀਕ ਹੈ ਜੀ ਤੁਸੀਂ ਬਾਕੀ ਕਾਫੀ ਬ੍ਰਾਂਡ ਦੀ ਐਲਈਡੀਆਂ ਦੇਖੀਆਂ ਹੋਣਗੀਆਂ। ਠੀਕ ਹੈ ਜੀ ਇਹ ਜਿਹੜਾ ਬ੍ਰਾਂਡ ਹੈ ਦੀ 2 ਸਾਲ ਦੀ ਵਾਰੰਟੀ ਰਿਪਲੇਸਮੈਂਟ ਪ੍ਰੋਵਾਈਡ ਕਰਾਉਂਦੇ ਆ ਜੀ। ਠੀਕ ਹੈ ਜੀ ਕੋਈ ਵੀ ਦਿੱਕਤ ਆਏਗੀ ਪੀਸ ਮੌਕੇ ਤੇ ਪੀਸ ਚੇਂਜ ਹੋ ਕੇ ਪੀਸ ਨਵਾਂ ਮਿਲ ਜਾਏਗਾ ਫੁੱਲੀ ਰਿਪਲੇਸਮੈਂਟ। ਤੇ ਇਹਦੇ ਸਾਈਜ਼ ਭਾਈ ਸਾਰੇ ਅਵੇਲੇਬਲ ਹੋਣਗੇ? 32 40 50। ਠੀਕ ਹੈ ਜੀ ਤਿੰਨ ਸਾਈਜ਼ ਅਵੇਲੇਬਲ ਹੈਗੇ ਜੀ। ਇਹਦੇ ਚ ਵੇਰੀਐਂਟ ਵੀ ਅਲੱਗ-ਅਲੱਗ ਆਉਂਦੇ ਹੈਗੇ ਆ, ਤੁਹਾਨੂੰ ਮੈਂ ਇੱਕ ਦੋ ਵੇਰੀਐਂਟ ਦਿਖਾ ਵੀ ਦਿੰਦਾ ਵੀਡੀਓ ਦੇ ਵਿੱਚ, ਇੱਕ ਨਾਰਮਲ ਆਪਾਂ ਅੱਗੇ ਦੇਖੇ ਆ। ਠੀਕ ਹੈ ਜੀ ਹਾਂਜੀ ਤੁਹਾਨੂੰ ਹੋਰ ਵੀ ਦਿਖਾਣਾ। ਤੇ ਇਹਦੇ ਭਾਜੀ ਜੇਕਰ 32 ਇੰਚ ਦੀ ਐਲਈਡੀ ਦੀ ਗੱਲ ਕਰੀਏ ਤਾਂ ਇਹਦਾ ਪ੍ਰਾਈਸ ਕਿੰਨਾ ਲੱਗਦਾ? ਇਹ ਥੋੜਾ ਬਾਕੀ ਜਿਹੜੀ ਸੈਂਬਲ ਐਲਈਡੀ ਆਉਂਦੀ ਉਹਨਾਂ ਥੋੜੀ ਕੋਸਟਿੰਗ ਆਏਗੀ ਜੀ। ਜਿਹੜੀ 32 ਇੰਚ ਵੀਟੈਕ ਦੇ ਅੰਦਰ ਆਉਂਦੀ ਹੈ ਜੀ ਕੋਸਟ ਕਰੇਗੀ 9500। ਠੀਕ ਹੈ 9500 ਦੀ ਜੀ। ਠੀਕ ਹੈ ਤੇ ਜੇਕਰ ਇਹਦੇ ਚ ਅੱਗੇ ਸਾਈਜ਼ 45 ਇੰਚ ਜਿਹੜੀ 42 ਇੰਚ ਦੀ 42 ਇੰਚ ਦੀ ਆਉਂਦੀ ਹੈ ਜੀ, ਨੀਚੇ ਦੇਖ ਸਕਦੇ ਹੋ 42 ਇੰਚ ਦੀ ਹੈਗੀ ਹੈ ਜੀ। ਤੇ ਇਹ 2022 ਮਾਡਲ ਆਏਗਾ, ਸੀਲਡ ਕੰਪਨੀ ਦੇ ਪੀਸੀਸ ਆਂਦੇ 2 ਸਾਲ ਦੀ ਪ੍ਰੋਪਰ ਗਾਰੰਟੀ ਦੇ ਨਾਲ ਸੀਰੀਅਲ ਨੰਬਰ ਦੇ ਨਾਲ। ਠੀਕ ਹੈ ਜੀ ਹਾਂਜੀ। ਤੇ ਭਾਜੀ ਇੱਕ ਸਵਾਲ ਆ, ਜਿੱਦਾਂ ਹੁਣ ਤੁਸੀਂ ਐਲਈਡੀਜ਼ ਵੀ ਵਗੈਰਾ ਦਿਖਾਤੀਆਂ ਆਪਣੇ, ਆਮ ਤੌਰ ਤੇ ਤੁਹਾਨੂੰ ਪਤਾ ਹੈ ਘਰ ਦੇ ਵਿੱਚ ਬੱਚੇ ਵਗੈਰਾ ਹੁੰਦੇ ਨੇ, ਬੋਲ ਬੁਲਦਾ ਲੱਗਣ ਦਾ ਹੁੰਦਾ ਐਲਈਡੀ ਤੇ, ਤੇ ਉਹਦੇ ਲਈ ਆਪਾਂ ਕੁਝ ਹੈਗਾ ਉਸ ਚੀਜ਼ ਨੂੰ ਧਿਆਨ ਤੇ ਰੱਖਦੇ ਭਾਜੀ? ਵੀਟੈਕ ਕੰਪਨੀ ਦੇ ਪ੍ਰੋਡਕਟ ਨਿਕਾਲੇ ਆ 42 ਇੰਚ ਸਾਈਜ਼ ਦੇ, ਦੇਖ ਸਕਦੇ ਹੋ ਸਪੈਸ਼ਲ ਨਵਾਂ ਪੀਸ ਕੋਲ ਤੇ ਚੈੱਕ ਕਰਾ ਰਹੇ ਨਵੇਂ ਮਾਡਲ ਆਏ ਆ, ਡੈਮੋ ਲਗਾਏ ਨਹੀਂ ਬਸ। ਠੀਕ ਹੈ ਜੀ ਇਹ ਪੀਸ ਦੀ ਖਾਸੀਅਤ ਕੀ ਹੈ ਭਾਜੀ ਤੁਹਾਨੂੰ ਆਨ ਕਰਕੇ ਦਿਖਾਣਾ? ਮਤਲਬ ਇਹ ਨਾਰਮਲ ਐਲਈਡੀ ਦੀ ਤਰ੍ਹਾਂ ਕਿ ਕੁਝ ਨਾਰਮਲ ਐਲਈਡੀ ਦੇ ਬਹੁਤ ਅਲੱਗ ਚੀਜ਼ ਹੈ ਭਾਜੀ? ਅੱਛਾ ਅਲੱਗ ਹੀ ਚੀਜ਼ ਹੈ ਆਪਾਂ ਲੈ ਗਏ, ਐਕਸਟਰਾ ਕੀ ਹੈ ਭਾਜੀ? ਜਿੱਦਾਂ ਤੁਸੀਂ ਕਹਿ ਰਹੇ ਕੋਈ ਚੀਜ਼ ਲੱਗ ਜਾਂਦੀ ਹੈ, ਬਾਲ ਲੱਗ ਜਾਂਦੀ ਹੈ, ਰਿਮੋਟ ਲੱਗ ਜਾਂਦਾ ਹੈ, ਕੁਛ ਹੀ ਲੱਗ ਜਾਂਦੀ ਹੈ। ਠੀਕ ਹੈ ਜੀ ਫੁੱਲੀ ਟਫਨ ਗਲਾਸ ਪੀਸ ਹੈ ਭਾਜੀ। ਠੀਕ ਹੈ ਜੀ ਜਿਨ੍ਹਾਂ ਨੂੰ ਟਫਨ ਗਲਾਸ ਦਾ ਮਤਲਬ ਨਹੀਂ ਪਤਾ ਉਹਨਾਂ ਨੂੰ ਇੱਕ ਵਾਰੀ ਭਾਈ ਦੱਸ ਦਿਓ ਭਾਜੀ, ਆ ਇੱਕ ਵਾਰੀ ਡੈਮੋ ਦਿਖਾਓ ਕਸਟਮਰ ਨੂੰ। ਠੀਕ ਹੈ ਜੀ ਆ ਦੇਖੋ ਐਲਈਡੀ ਹੈ ਜੀ। ਠੀਕ ਹੈ ਤੇ ਭਾਜੀ ਦੇਖ ਲਓ ਮੁੱਕਾ ਮਾਰੇ ਨੇ, ਮਤਲਬ ਇਹਨੂੰ ਕੁਛ ਨਹੀਂ ਹੋਣਾ, ਕੁਛ ਫਰਕ ਨਹੀਂ ਹੈ ਭਾਜੀ। ਠੀਕ ਕੁਛ ਵੀ ਵਜੇ ਦੇ ਬਗੈਰ ਜੋ ਵੀ ਵਜੇ ਕੋਈ, ਆ ਦੇਖੋ ਦੇਖ ਲਓ ਭਾਜੀ ਕਿੰਨੇ ਜ਼ੋਰ ਦੀ ਮਾਰ ਕੇ ਦਿਖਾ ਰਹੇ ਆ ਨੇ। ਫੁੱਲੀ ਟਫਨ ਗਲਾਸ ਪੀਸ ਹੈ, ਫੁੱਲ ਸਮਾਰਟ ਹੈ, ਫੁੱਲੀ ਐਂਡਰੋਇਡ ਹੈ, ਫੰਕਸ਼ਨ ਸਾਰੇ ਉਹੀ ਆਣਗੇ ਪਰ ਟਫਨ ਗਲਾਸ ਆਏਗਾ ਪ੍ਰੋਪਰ। ਠੀਕ ਹੈ ਪ੍ਰੋਪਰ ਪ੍ਰੋਟੈਕਸ਼ਨ ਦੇ ਵਿੱਚ। ਤੇ ਇਹਦਾ ਭਾਜੀ ਆਪਾਂ ਨੂੰ ਕੋਸਟ ਕਿੰਨੇ ਦੀ ਪਊਗੀ? ਜਿਹੜਾ ਕੋਸਟ ਸਰ ਕੋਸਟ ਕਰੇਗਾ 13,800 ਰੁਪਏ ਦਾ, 13,800 ਰੁਪਏ ਦੇ ਵਿੱਚ। ਬਟ ਇਹ ਆ ਜਿਹੜੇ ਆ ਸੁਰੱਖਿਆ ਵਗੈਰ, ਜਿੱਦਾਂ ਹੁਣ ਬੱਚੇ ਤੁਸੀਂ ਦੱਸਿਆ ਸੀ ਘਰ ਦੇ ਵਿੱਚ ਖੇਡਦੇ ਆ, ਮਾਰੋ ਜਿੱਦਾਂ ਮਰਜ਼ੀ ਕੁਛ ਕਰੋ, ਇਸ ਜਿੱਦਾਂ ਮਰਜ਼ੀ ਸਰ ਤੁਹਾਨੂੰ ਮੈਂ ਦਿਖਾ ਰਿਹਾ ਤੁਹਾਡੀ ਬੋਲ ਹੋਈ ਕੁਛ ਨਹੀਂ ਕਰ ਰਿਹਾ, ਕੁਛ ਨਹੀਂ ਫਰਕ ਪਏਗਾ। ਤੇ ਆ ਦੇਖ ਲਓ ਭਾਜੀ ਕਿੱਦਾਂ ਮਾਰ ਰਹੇ ਨੇ, ਜ਼ੋਰ ਜ਼ੋਰ ਦੇ ਮਿੰਟਾਂ ਡਰ ਹੀ ਲੱਗ ਰਿਹਾ ਫਿਰ ਵੀ ਭਾਈ ਜਿੱਦਾਂ ਮਰਜ਼ੀ। ਠੀਕ ਹੈ ਜੀ ਭਾਜੀ ਜਿਹੜੀ ਹੁਣ ਨੈਕਸਟ ਆਪਾਂ ਐਲਈਡੀ ਲੈ ਕੇ ਆਏ ਬੀਟੈਕ ਦੀ, ਪਹਿਲਾਂ ਤਾਂ ਆਪਾਂ ਟਫਨ ਗਲਾਸ ਵਾਲੀ ਦਿਖਾਈ ਸੀ, ਹੁਣ ਇਹਦੇ ਬਾਰੇ ਦੱਸੋ ਇਹ ਅਲੱਗ ਵੇਰੀਐਂਟ ਆਉਂਦਾ? ਇਸ ਤੋਂ ਭਾਜੀ ਬੀਟੈਕ ਦਾ ਹੀ ਬ੍ਰਾਂਡ ਦੇ ਏਜੰਡਰ ਹੈ। ਠੀਕ ਹੈ ਜੀ ਵੇਰੀਐਂਟ ਅਲੱਗ ਹੈਗਾ ਜੀ, ਇਹ ਮਾਡਲ ਹੈਗਾ ਵਿਦ ਗੂਗਲ ਅਸਿਸਟੈਂਟ। ਠੀਕ ਹੈ ਜੀ ਬਿਲਕੁਲ, ਇਹਦੇ ਵਿੱਚ ਕੀ ਹੈ ਤੁਹਾਡਾ ਜਿਹੜਾ ਹੈਗਾ ਟੀਵੀ ਤੁਹਾਡੇ ਨਾਲ ਕਮਿਊਨੀਕੇਟ ਕਰੇਗਾ। ਠੀਕ ਹੈ ਜੀ ਤੇ ਭਾਜੀ ਕਰਕੇ ਵੀ ਦਿਖਾ ਦਿੰਦੇ ਨੇ ਇੱਕ ਵਾਰੀ, ਇਹ ਭਾਜੀ ਰਿਮੋਟ ਹੈਗਾ ਜੀ ਇਹਦਾ ਮਾਈਕ ਵਾਲਾ। ਠੀਕ ਹੈ ਜੀ ਤੁਸੀਂ ਇਹਦੇ ਵਿੱਚ ਗੂਗਲ ਤੇ ਬੋਲਣਾ, ਹੇ ਗੂਗਲ ਵਾਟਸ ਦਾ ਵੈਦਰ ਆਊਟਸਾਈਡ, ਆ ਦੇ ਲੋ ਉਹਨੇ ਸਰਚ ਕਰ ਲਿਆ। ਠੀਕ ਹੈ ਜੀ ਤੁਸੀਂ ਇਦਾਂ ਗਾਣੇ ਵਗੈਰਾ ਜੋ ਵੀ ਆਪਣਾ ਬੋਲ ਕੇ ਜੋ ਤੁਸੀਂ ਇਸ ਰਿਮੋਟ ਤੇ ਬੋਲੋਗੇ ਟੀਵੀ ਤੁਹਾਨੂੰ ਅਗਾ ਸ਼ੋ ਕਰ ਦੇਗਾ। ਠੀਕ ਹੈ ਜਿੱਦਾਂ ਘਰ ਦੇ ਵਿੱਚ ਬਜ਼ੁਰਗ ਵਗੈਰਾ ਹੁੰਦੇ ਉਹ ਇਹਨੇ ਪੜੇ ਲਿਖੇ ਨਹੀਂ ਹੁੰਦੇ, ਉਹ ਵਾਇਸ ਰਹੀ ਆਪਣਾ ਕਰ ਕੁਝ ਬਿਲਕੁਲ ਜੀ ਗੂਗਲ ਅਸਿਸਟੈਂਟ ਦੇ ਥਰੂ ਜੋ ਤੁਸੀਂ ਬੋਲੋਗੇ ਤੁਹਾਡੇ ਟੀਵੀ ਤੇ ਵਗਦਾ। ਤੇ ਇਹਦੇ ਲਈ ਭਾਈ ਆਪਾਂ ਆਫਰ ਲੈ ਕੇ ਆਣੀ ਹੈ ਇਹਦੇ ਲਈ ਆਪਣੀ ਫੈਮਿਲੀ ਲਈ। ਦੱਸੋ ਭਾਈ ਇਹਦਾ ਜਿਹੜਾ ਪ੍ਰਾਈਸ ਹੈ ਕਿੰਨੇ ਦਾ? ਪ੍ਰਾਈਸ ਭਾਜੀ ਉਦਾਂ ਅਗਰ ਪ੍ਰਾਈਸਿੰਗ ਦੀ ਗੱਲ ਕਰਾਂਗੇ 16,500 ਦਾ ਸੈੱਟ ਹੈਗਾ, ਬਟ ਆਪਣੇ ਜਿਹੜੀ YouTube ਫੈਮਿਲੀ ਲਈ ਉਹਦੇ ਲਈ ਕੁਝ ਕਰੋ। YouTube ਫੈਮਿਲੀ
ਜੇਕਰ ਆਪਾਂ ਵੀਰ ਜੀ ਆ ਜਿਹੜਾ ਮੈਨੂੰ ਬਹੁਤ ਹੀ ਪਿਆਰਾ ਲੱਗ ਰਿਹਾ ਲਾਈਟਾਂ ਵਾਲਾ, ਤੇ ਇਹਦੇ ਬਾਰੇ ਦੱਸੋ ਭਾਜੀ ਸਪੀਕਰ ਦੀ ਜਿਹੜੀ ਕੀ ਖਾਸੀਅਤ ਆ। ਪੇਅਰ ਹੈ ਜੀ, ਤੁਸੀਂ ਦੇਖ ਸਕਦੇ ਹੋ ਕੋਂਬੋ ਬ੍ਰਾਂਡ ਦੇ ਅੰਡਰ ਹੈ, ਪੇਅਰ ਹੈਗਾ। ਠੀਕ ਹੈ ਜੀ, ਚਾਰ ਬੂਫਰ ਲੱਗੇ ਹੋਏ। ਤੇ ਜੇਕਰ ਇਹਦੀ ਸਾਊਂਡ ਕੁਆਲਿਟੀ ਦੀ ਗੱਲ ਕਰੀਏ ਤਾਂ ਤੁਸੀਂ ਚਲਾ ਕੇ ਮਾੜਾ ਚੈੱਕ ਕਰਾ ਸਕਦੇ ਹੋ। ਪਤਾ ਲੱਗ ਜੂਗਾ ਬੇਸ ਕੀ ਹੈ। ਬਿਲਕੁਲ ਜੀ। ਤੇ ਇਹਦੇ ਭਾਜੀ ਪ੍ਰਾਈਸ ਰੇਂਜ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਏਗੀ? ਗੱਲ ਕਰੀਏ ਭਾਜੀ ਉਦਾਂ ਜਿਹੜਾ ਪ੍ਰਾਈਸ ਹੈਗਾ ਸਾਡਾ 15,000 ਪ੍ਰਾਈਸ ਹੈ ਜੀ। ਠੀਕ ਹੈ ਜੀ, ਸਾਡੇ ਵਿਊਜ਼ ਲਈ ਸਪੈਸ਼ਲ ਡਿਸਕਾਊਂਟ ਪ੍ਰਾਈਸ ਹੈ ਜਿਹੜਾ ਆਪਾਂ ਦੇਵਾਂਗੇ ਅੱਜ। ਠੀਕ ਹੈ ਜੀ। ਤੇ ਅੱਗੇ ਨੈਕਸਟ ਵਾਰ ਵਧੀਆ ਤਾਂ 30,000 ਦੇ ਵਿੱਚ। 30,000 ਦੇ ਵਿੱਚ ਪੱਕਾ ਭਾਜੀ? ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ, 13,000 ਦੇ ਵਿੱਚ ਜਿਹੜੀ ਆ ਤੁਹਾਨੂੰ ਮਿਲ ਜਾਏਗਾ ਸਪੀਕਰ। ਤੇ ਅੱਗੇ ਭਾਜੀ ਗੱਲ ਕਰੀਏ ਨੈਕਸਟ ਆ, ਇਹ ਵੀ ਮਾਰਕੀਟ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਭਾਜੀ, ਇਹਦੇ ਬਾਰੇ ਦੱਸਿਓ। ਅੰਕੁਰ ਕੰਪਨੀ ਦੇ ਮਾਡਲ ਹੈ ਜੀ। ਠੀਕ ਹੈ ਜੀ, ਦੇਖ ਸਕਦੇ ਹੋ। ਤੇ ਇਹਦੇ ਵਿੱਚ ਭਾਜੀ ਕਿੰਨੇ ਸਪੀਕਰ, ਇਹਦੇ ਵਿੱਚ ਭਾਜੀ ਕਿੰਨੇ ਸਪੀਕਰ ਵਗੈਰਾ ਲੱਗੇ ਹੋਏ ਨੇ? ਚਾਰ ਬੂਫਰ ਦੇ ਵਿੱਚ ਹੀ ਇਹਦੀ ਇਹ ਵੀ। ਠੀਕ ਹੈ ਜੀ। ਪ੍ਰਾਈਸਿੰਗ ਦੀ ਗੱਲ ਕਰੀ, ਸੇਮ ਪ੍ਰਾਈਸਿੰਗ ਦੇ ਵਿੱਚ ਮਾਡਲ ਆ, ਸਿਰਫ ਲੁੱਕ ਡਿਫਰੈਂਟ ਆਈ। ਠੀਕ ਹੈ, ਲੁੱਕ ਡਿਫਰੈਂਟ ਆ, ਬਾਕੀ ਪ੍ਰਾਈਸ ਸੇਮ ਆ। ਤੇ ਨੈਕਸਟ ਅੱਗੇ ਵਧੀਆ ਤਾਂ ਸ਼ਾਇਦ ਦੇਖ ਸਕਦੇ ਹੋ ਜੀ, ਇਹ ਵੀ ਜਿਹੜਾ ਹੈਗਾ ਸਾਈਡ ਬੂਫਰ ਦੇ ਵਿੱਚ ਆਉਂਦੇ ਆ ਜੀ ਮਾਡਲ, ਤੁਸੀਂ ਦੇਖ ਸਕਦੇ ਹੋ। ਆ ਦੇਖ ਸਕਦੇ ਹੋ, ਚੈੱਕ ਕਰ ਸਕਦੇ ਹੋ। ਆ ਸਾਈਡ ਤੇ ਵੀ ਜਿਹੜੇ ਆ ਇਹ ਭਾਜੀ ਕੀ ਬੇਸ ਵਗੈਰਾ ਲੱਗੀ ਹੁੰਦੀ? ਹਾਂਜੀ ਜੀ, ਇਹ ਡਬਲ ਬੇਸਿਸ ਹੁੰਦੇ ਸਾਈਡਾਂ ਤੇ, ਤੁਹਾਨੂੰ ਪਤਾ ਹੈਗਾ ਦੋਨਾਂ ਤੇ। ਮੈਨੂੰ ਬਹੁਤ ਹੀ ਜਿਹੜਾ ਇਹਦਾ ਸਾਈਜ਼ ਬਹੁਤ ਹੀ ਵੱਡਾ ਲੱਗ ਰਿਹਾ, ਇਹਦੇ ਬਾਰੇ ਦੱਸੋ। ਮਿੰਨੀ ਡੀਜੀ ਹੈ ਜੀ, ਜਿਹਨੂੰ ਮਿੰਨੀ ਡੀਜੀ ਕਹਿੰਦੇ ਨੇ। ਠੀਕ ਹੈ ਜੀ, ਇਕੁਲਾਈਜ਼ਰ ਦੇਖ ਸਕਦੇ ਹੋ ਉੱਪਰ। ਮਤਲਬ ਜੇਕਰ ਕਿਸੇ ਦੇ ਘਰ ਫੰਕਸ਼ਨ ਹੋਇਆ ਵਗੈਰਾ, ਸ਼ਾਦੀਆਂ ਹੁੰਦੀਆਂ, ਉਹਨੇ ਘਰ ਡੀਜੇ ਵਗੈਰਾ ਬੁੱਕਣਾ ਕਰਾਉਣਾ ਤੇ ਇਹ ਲੈ ਕੇ ਜਾ ਸਕਦੇ ਨਾ ਜੀ। ਇਹ ਜਿਹੜਾ ਪੇਅਰ ਹੈਗਾ ਤਾਂ ਪ੍ਰਾਈਸ ਦੀ ਗੱਲ ਕਰੀਏ, ਉਹਦਾ ਦਾ ਪ੍ਰਾਈਸ ਮਾਰਕੀਟ ਦੇ ਵਿੱਚ 25,000 ਪ੍ਰਾਈਸ ਦੇ ਵਿੱਚ ਹੈਗੇ ਜੀ। ਠੀਕ ਹੈ ਜੀ, ਸਾਡੇ ਕੋਲ ਜਿਹੜਾ ਹੈਗਾ ਤੁਹਾਨੂੰ ਮਾਡਲ 23 ਦੇ ਵਿੱਚ ਪ੍ਰੋਵਾਈਡ ਕਰਾ ਦਿਆਂਗੇ। ਠੀਕ ਹੈ ਜੀ, ਫੁੱਲੀ ਲਾਈਟਿੰਗ ਹੈ ਅੱਗੇ ਵੀ ਸਾਰੀ। ਠੀਕ ਹੈ, ਇਹਦੇ ਉਹੀ ਮਤਲਬ ਡੀਜੇ ਵਾਲੇ ਸਪੀਕਰ ਲੱਗੇ ਹੋਏ ਆ, ਬਸ ਇਹ ਸਾਈਜ਼ ਜਿਹੜਾ ਮਿੰਨੀ ਹੈ। ਬਿਲਕੁਲ ਜੀ, ਨਾਲ ਦੋ ਜਿਹੜੇ ਹੈਗੇ ਤੁਹਾਨੂੰ ਮਾਈਕ ਵਾਇਰਲੈਸ ਦੇਵਾਂਗੇ। ਠੀਕ ਹੈ, ਮਾਈਕ ਵਾਇਰਲੈਸ ਠੀਕ ਹੈ ਦੇਵਾਂਗੇ। ਤੇ ਇਹਦੇ ਭਾਜੀ ਇੱਕ ਵਾਰੀ ਪ੍ਰਾਈਸ ਦੀ ਗੱਲ ਕਰਿਓ, ਕਿੰਨਾ ਦਾ ਸੀਗਾ ਆਪਣਾ ਲਾਇਆ? ਮਾਰਕੀਟ ਪ੍ਰਾਈਸ 25,000 ਹੈ ਭਾਜੀ। ਠੀਕ ਹੈ ਜੀ, ਜਿਹੜਾ ਸਾਡੇ ਵੀ ਉਸ ਤੇ ਸਪੈਸ਼ਲ ਡਿਸਕਾਊਂਟਡ ਪ੍ਰਾਈਸ ਹੈ 23,000। ਠੀਕ ਹੈ, ਤੇ ਇਹਦੇ ਵੀਰ ਜੀ ਕੰਟਰੋਲ ਵਗੈਰਾ ਇੱਥੇ ਲੱਗੇ ਹੋਣਾ ਸਾਰੇ? ਹਾਂਜੀ, ਸਾਰੇ ਕੰਟਰੋਲ ਹੈਗੇ। ਠੀਕ ਹੈ ਜੀ, ਤੇ ਹੁਣ ਆ ਭਾਜੀ ਇਹ ਬਹੁਤ ਪਿਆਰੀ ਚੀਜ਼ ਲੱਗ ਰਹੀ ਹੈ ਮੈਨੂੰ, ਇਹਦੇ ਚ ਐਲਈਡੀ ਵਗੈਰਾ ਜਗ ਰਹੀ ਤੇ ਇਹਦੇ ਬਾਰੇ ਕੀ ਮੀਨਸ ਦੱਸਿਓ ਭਾਜੀ ਮੜਾ। ਬੈਟਰੀ ਬੈਕਅਪ ਦੇ ਨਾਲ ਚੱਲਦੇ ਆ ਜੀ। ਠੀਕ ਹੈ ਜੀ, ਜੇ ਮਰਜ਼ੀ ਕੈਰੀ ਕਰਕੇ ਤੁਸੀਂ ਕੈਰੀ ਐਂਡ ਯੂਜ਼ ਹੈਗੇ। ਅੱਛਾ ਜੀ ਵੀਰ ਜੀ, ਇਹ ਆ ਜਿਹੜੀ ਤੁਸੀਂ ਦੱਸੇ ਆਪਾਂ ਗੱਡੀ ਚੀਜ਼ ਲਈ ਕੈਰੀ ਕਰਕੇ, ਮੈਨੂੰ ਮਤਲਬ ਤਾਰ ਦੀ ਲੋੜ ਨਹੀਂ ਪੈਂਦੀ ਨਾ ਇਹਨੂੰ, ਤਾਰ ਵਗੈਰਾ ਦੀ, ਵਾਇਰ ਵਗੈਰਾ ਦੀ, ਵਾਇਰਿੰਗ ਦੀ ਕੋਈ ਲੋੜ ਨਹੀਂ ਇਹਨੂੰ, ਇਹ ਵਨ ਟਾਈਮ ਚਾਰਜ ਮਾਡਲ ਹੈਗੇ, ਇੱਕ ਵਾਰੀ ਚਾਰਜ ਕਰਕੇ 4-5 ਘੰਟੇ ਯੂਜ਼ ਕਰਦੇ ਆ। ਵੀਰ ਜੀ ਜੇਕਰ ਇਹਦੀ ਸਾਊਂਡ ਕੁਆਲਿਟੀ ਦੀ ਗੱਲ ਕਰੀਏ, ਚੈੱਕ ਕਰਾ ਸਕਦੇ ਹਾਂ ਦੱਸੋ? ਸਾਊਂਡ ਕੁਝ ਚੈੱਕ ਕਰਾ ਦਿੰਨੇ ਆ, ਕਿਹੜਾ ਮਾਡਲ ਚੈੱਕ ਕਰਨਾ ਚਾਹੋਗੇ ਪਹਿਲਾਂ? ਜਿਹੜਾ ਮਰਜ਼ੀ ਵੀਰ ਜੀ ਕਰਾ ਦਿਓ, ਆਪਾਂ ਇੱਕ ਵਾਰੀ ਸਾਊਂਡ ਜਿਹੜੇ ਆ ਕਸਟਮਰ ਨੂੰ ਸੁਣਾ ਦਈਏ ਦੀ ਆਵਾਜ਼। ਇਹਦੀ ਆਪਾਂ ਸਾਊਂਡ ਕੁਆਲਿਟੀ ਦੀ ਗੱਲ ਕਰੀਏ ਤਾਂ ਮਾੜਾ ਦਰਸ਼ਕ ਨੂੰ ਜਿਹੜਾ ਸੁਣਾ ਕੇ ਦਿਖਾ ਦਿਓ ਭਾਜੀ ਇਹਦੀ। ਤੁਸੀਂ ਹੈੱਡਫੋਨ ਲਾ ਕੇ ਸੁਣੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕੁਆਲਿਟੀ ਕੀ ਚੀਜ਼ ਹੈ, ਬਹੁਤ ਹੀ ਵਧੀਆ ਕੁਆਲਿਟੀ ਹੈਗੀ ਆ। ਕਿੰਨਾ ਲੱਗੂਗਾ ਸਾਡੇ ਵੀਡੀਓ ਦੇਖਣ ਵਾਲਿਆਂ ਨੂੰ ਸਪੈਸ਼ਲ? ਸਪੈਸ਼ਲ ਡਿਸਕਾਊਂਟ ਦੀ ਗੱਲ ਕਰੀਏ ਭਾਜੀ, ਜਿਹੜਾ ਮਾਡਲ ਹੈ 100 ਵਾਟਸ ਦਾ ਮਾਡਲ ਹੈਗਾ। ਠੀਕ ਹੈ ਜੀ, ਇਹ ਮਾਡਲ ਹੈਗਾ 150 ਵਾਟਸ ਦੇ ਵਿੱਚ ਹੈਗਾ। ਠੀਕ ਹੈ ਜੀ, 100 ਵਾਟ ਦਾ ਮਾਡਲ ਹੈ ਤੇ ਉਹਨਾਂ ਦੇ ਨਾਲ ਇੱਕ ਦੋ ਦੋ ਮਾਈਕ ਵਾਇਰਲੈਸ ਹੈਗੇ ਆ। ਠੀਕ ਹੈ ਜੀ, ਤੇ ਇਹਦੀ ਪ੍ਰਾਈਸ ਦੀ ਗੱਲ ਕਰੀਏ ਤੇ ਇਹਦੀ ਪ੍ਰਾਈਸ ਦੇ ਵਿੱਚ ਕਿੰਨਾ ਅੰਤਰ ਹੈ? ਮਾਡਲ ਹੈਗਾ ਜੀ, ਇਹ ਮਾਡਲ ਆਪਾਂ ਆਪਣੇ ਵਿਊਅਰਸ ਲਈ ਸਪੈਸ਼ਲ ਡਿਸਕਾਊਂਟਡ ਪ੍ਰਾਈਸ, ਪਹਿਲਾਂ ਮਾਰਕੀਟ ਪ੍ਰਾਈਸ ਦੀ ਗੱਲ ਕਰੀਏ। ਠੀਕ ਹੈ ਜੀ, ਮਾਰਕੀਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਾਡਲ ਮਿਲਣਾ 16,000 ਰੁਪਏ ਦਾ। ਠੀਕ ਹੈ, ਤੇ ਆਪਣੇ ਵੀਡੀਓ ਦੇਖਣ ਵਾਲੇ ਚੇਤਿਆਂ ਲਈ ਕਿੰਨੇ ਇਹਦੇ ਲੱਗੂਗਾ ਆਪਾਂ ਨੂੰ? ਸਪੈਸ਼ਲ ਡਿਸਕਾਊਂਟ ਤੇ ਦੇ ਦਾਂਗੇ ਜੀ 12,000 ਰੁਪਏ ਦਾ। 12,000 ਰੁਪਏ ਦਾ ਪੱਕੀ ਗੱਲ ਆ ਭਾਜੀ? ਤੇ ਜੇਕਰ ਨੈਕਸਟ ਦੀ ਗੱਲ ਕਰੀਏ, ਠੀਕ ਹੈ ਜੀ, ਤੁਸੀਂ ਦੇਖ ਸਕਦੇ ਇਹਦੇ ਕੰਟਰੋਲ ਵਗੈਰਾ ਵੋਲਿਊਮ ਵਗੈਰਾ, ਤੇ ਇਹਦੇ ਵੀ ਦੇਖ ਸਕਦੇ ਸੇਮ ਹੀ ਹੈ, ਮਤਲਬ ਸਾਈਜ਼ ਦਾ ਹੀ ਫਰਕ ਆ ਨਾ ਦੋਵਾਂ ਚ। ਠੀਕ ਹੈ ਜੀ,
ਲਾਈਟ ਵੀ ਚੇਂਜ ਕਰ ਸਕਦੇ ਦੇਖ ਸਕਦੇ ਹੋ ਪ੍ਰੀਮੀਅਮ ਹੈਗਾ ਨਾ ਜਿਹੜੇ ਪ੍ਰੀਮੀਅਮ ਯੂਜ਼ ਕਰਦੇ ਪ੍ਰੀਮੀਅਮ ਬਿਲਡ ਸਪੀਕਰ ਹੈ ਜੀ ਤੁਸੀਂ ਇਹਦੀ ਕੁਆਲਿਟੀ ਦੇਖ ਸਕਦੇ ਬਿਲਡ ਕੁਆਲਿਟੀ ਦੇਖ ਸਕਦੇ ਆ ਦੇਖ ਸਕਦੇ ਹੋ ਬਟਨ ਤੋਂ ਲੈ ਕੇ ਮੈਟ ਫਿਨਿਸ਼ਿੰਗ ਦੇਖ ਸਕਦੇ ਬਹੁਤ ਹੀ ਵਧੀਆ ਹੈਗੀ ਆ ਤੇ ਭਾਜੀ ਕਿਹੜੀ ਕੰਪਨੀ ਦਾ ਹੈਗਾ ਕੰਪਨੀ ਮਟਰਨਾ ਬ੍ਰਾਂਡ ਦੇ ਅੰਡਰ ਹੈਗਾ ਜੀ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਆਪਾਂ ਨੂੰ ਕਿੰਨੇ ਦਾ ਲੱਗਦਾ ਪ੍ਰਾਈਸਿੰਗ ਦੀ ਗੱਲ ਕਰੀ ਤੁਸੀਂ ਆਨਲਾਈਨ ਪ੍ਰਾਈਸ ਚੈੱਕ ਕਰ ਸਕਦੇ 3000 ਤੋਂ 3200 ਰੁਪਏ ਆਨਲਾਈਨ ਪ੍ਰਾਈਸ ਹੈ ਠੀਕ ਹੈ ਜੀ ਤੇ ਆਪਾਂ ਨੂੰ ਕਿੰਨੇ ਦਾ ਲੱਗ ਜੂਏ ਸਾਡੇ ਵੀ ਉਸ ਤੇ ਸਪੈਸ਼ਲ ਡਿਸਕਾਊਂਟ ਤੇ ਦੇ ਦਾਂਗੇ ਜੀ 2300 ਦੇ ਠੀਕ ਹੈ ਜਿੰਨੇ ਮਰਜ਼ੀ ਪੀਸ ਚੱਕ ਲਈਏ ਵੀਰ ਜੀ ਜਿੰਨੀ ਮਰਜ਼ੀ ਕੁਆਂਟੀਟੀ ਚੈੱਕ ਕਰ ਸਕਦੇ ਹੋ ਅਸੀਂ ਗਡਾਊਨ ਸਾਡੇ ਹੋਰ 100 ਰੁਪਏ ਆ ਕੁਆਂਟੀਟੀ ਲੱਗੀ ਹੋਈ ਹੈ ਸਾਰੀ ਤੇ ਲੈ ਸਕਦੇ ਹੋ ਛੋਟੀ ਜੀ ਚੀਜ਼ ਵਿੱਚ ਬਹੁਤ ਮਾਜ ਹੈ ਕਿਉਂਕਿ ਕੰਪਨੀ ਦੇ ਹੈਗਾ ਆ ਪਲਸ ਇਹਦੇ ਵਿੱਚ ਐਫਐਮ ਵੀ ਆਂਦਾ ਜੀ ਠੀਕ ਹੈ ਐਫਐਮ ਦੇ ਸ਼ਕੀਨ ਹੁੰਦੇ ਆ ਬਲੂਟੁੱਥ ਦੇ ਨਾਲ ਐਫਐਮ ਵੀ ਆ ਜਾਂਦਾ ਵਿੱਚ ਠੀਕ ਹੈ ਜੀ ਤੇ ਬਾਕੀ ਸਾਰੇ ਪਿੱਛੇ ਦੇਖ ਸਕਦੇ ਹੋ ਸਾਰੀ ਕੁਆਂਟੀਟੀ ਲੱਗੀ ਹੋਈ ਆ ਜੋ ਚੀਜ਼ ਚਾਹੋਗੇ ਉਹ ਮਿਲ ਜੇਗੀ ਆਪਣਾ ਹੈੱਡਫੋਨ ਤੋਂ ਲੈ ਕੇ ਮਾਈਕਸ ਵਗੈਰਾ ਐਲਈਡੀ ਟੀਵੀ ਸਾਊਂਡ ਬਾਰ ਹੇਅਰ ਸਟੇਟਨਰ ਵਗੈਰਾ ਇਹ ਜਿਹੜੀ ਪ੍ਰੈਸ ਵਗੈਰਾ ਵੀ ਮਿਲ ਜੂਗੀ ਮਤਲਬ ਹਰ ਇੱਕੋ ਸ਼ੋਪ ਤੇ ਤੁਹਾਨੂੰ ਹਰ ਚੀਜ਼ ਦੇਖਣ ਨੂੰ ਮਿਲ ਜੂਗੀ ਠੀਕ ਹੈ ਜੀ ਜੇਕਰ ਹੁਣ ਜਿੱਦਾਂ ਕਈਆਂ ਦਾ ਬਜਟ ਹਾਈ ਬਜਟ ਵਾਲੇ ਦਿਖਾਤੇ ਹੁਣ ਕਈ ਜਿਹੜੀ ਲੋ ਸਟੈਂਡਰਡ ਫੈਮਿਲੀ ਹੁੰਦੀ ਉਹਨਾਂ ਦੇ ਘੱਟ ਰੇਟ ਬਜਟ ਵਾਲਿਆਂ ਲਈ ਵੀ ਕੁਝ ਲੈ ਕੇ ਆਏ ਹੋ ਤੁਸੀਂ ਵੀਡੀਓ ਦੇ ਵਿੱਚ ਬਿਲਕੁਲ ਲੈ ਕੇ ਆਏ ਹਾਂ ਜੀ ਸਾਡੇ ਕੋਲ ਹੋਮ ਥੀਏਟਰ ਦੀ ਗੱਲ ਕਰਾਂਗੇ ਹੋਮ ਥੀਏਟਰ ਜਿਹੜਾ ਸਾਡੇ ਕੋਲ 1200 ਤੋਂ ਸਟਾਰਟ ਹੋ ਜਾਂਦਾ ਠੀਕ ਹੈ ਜੀ ਤੁਸੀਂ ਜਿਹੜੇ ਆ ਮਾਡਲ ਦੇਖ ਸਕਦੇ ਹੋ ਸਾਰੇ 4500 ਤੋਂ ਲੈ ਕੇ 6000 ਦੀ ਰੇਂਜ ਦੇ ਵਿੱਚ ਮਾਡਲ ਹੈ ਜੇ ਤੁਸੀਂ ਦੇਖ ਸਕਦੇ ਹੋ ਮਾਡਲ ਠੀਕ ਹੈ ਜੇਕਰ ਆਪਾਂ ਵੀਰ ਜੀ ਆਵਲੇ ਜਿਹੜਾ ਬਲੈਕ ਵਾਲਾ ਪੇਜ ਦੀ ਗੱਲ ਕਰੀ ਤੇ ਕਿੰਨੇ ਦਾ ਆਪਾਂ ਲੱਗੂ ਦੇ ਵਿੱਚ ਹੈਗਾ ਜੀ ਠੀਕ ਹੈ ਜੀ ਬਾਕੀ ਅਗਰ ਇਸ ਤੋਂ ਵੀ ਘੱਟ ਰੇਂਜ ਜਾਣੇ ਸਾਡੇ ਕੋਲ ਮਾਡਲ ਪਿੱਛੇ ਵੀ ਲੱਗਦੇ ਤੁਹਾਨੂੰ ਵੀ ਦਿਖਾ ਦਾਂਗੇ ਦੇਖ ਸਕਦੇ ਹੋ ਇੱਥੇ ਸਾਰੇ ਜਿਹੜਾ ਭਾਜੀ ਤੋਂ ਕਾਫੀ ਸਟਾਕ ਪਿਆ ਆ ਤੁਸੀਂ ਸਾਰਾ ਚੈੱਕ ਕਰ ਸਕਦੇ ਸਟਾਕ ਹੀ ਸਟਾਕ ਹੈ ਤੇ ਭਾਜੀ ਇਹ ਜਿਹੜੇ ਸਾਹਮਣੇ ਬਲੈਕ ਕਲਰ ਦੇ ਪਏ ਨੇ ਇਹਨਾਂ ਦੇ ਪ੍ਰਾਈਸ ਰੇਂਜ ਦੀ ਗੱਲ ਕਰੀ ਕਿੱਥੇ ਸਟਾਰਟ ਹੋ ਜਾਂਦੇ ਠੀਕ ਹੈ ਜੀ ਤੇ ਲੱਗੇ ਮਾਰਕੀਟ ਪ੍ਰਾਈਸ ਦੀ ਗੱਲ ਕਰੀਏ ਤੇ ਜੀ 22000 ਦੇ ਰੇਂਜ ਦੇ ਵਿੱਚ ਹੈਗਾ ਮਾਡਲ ਠੀਕ ਹੈ ਜੀ ਤੇ ਆਪਣੇ ਵੀਡੀਓ ਦੇਖਣ ਵਾਲਿਆਂ ਦੀ ਕਿੰਨੇ ਵਾਲਿਆਂ ਦੀ ਕਿੰਨੇ ਦਾ ਸਪੈਸ਼ਲ ਡਿਸਕਾਊਂਟ ਤੇ ਜੀ ਤੁਹਾਡੇ ਕਰਕੇ ਆਪਾਂ ਦੇ ਦਾਂਗੇ ਜੀ 17000 ਦੇ ਪੱਕਾ ਜੀ 17000 ਦੇ ਪੱਕੀ ਗੱਲ ਹੋ ਗਈ ਸਕਰੀਨਸ਼ਾਟ ਲੈ ਕੇ ਆ ਜਾਣ ਵੀਰ ਜੀ ਬਿਲਕੁਲ ਜੀ ਠੀਕ ਹੈ ਜੀ ਹਾਂ ਜੀ ਵੀ ਦੋਸਤੋ ਤੇ ਤੁਸੀਂ ਅੱਜ ਦੇਖਿਆ ਸੀ ਐਲਈਡੀ ਸਪੀਕਰ ਵਗੈਰਾ ਦੇਖੇ ਸੀਗੇ ਤੇ ਹੁਣ ਭਾਈ ਆਪਾਂ ਜਿਹੜੀਆਂ ਆਫਰਾਂ ਵੀ ਲੈ ਕੇ ਆਏ ਆ ਠੀਕ ਆ ਤੇ ਜਾਂਦੇ ਜਾਂਦੇ ਆਪਣਾ ਵੀ ਜਿਹੜੇ ਸਾਰੀਆਂ ਲੈ ਕੇ ਆਏ ਸੀ ਸੋ ਅੱਜ ਦੀ ਵੀਡੀਓ ਲਈ ਇੰਨਾ ਹੀ ਜੇਕਰ ਵੀਡੀਓ ਨੂੰ ਤੁਸੀਂ ਪਹਿਲਾਂ ਜਿੱਦਾਂ ਪੁਰਾਣੀ ਵਾਲੀ ਵੀਡੀਓ ਨੂੰ ਪਿਆਰ ਦਿੱਤਾ ਸੀ ਉਮੀਦ ਕਰਦੇ ਇਸ ਵੀਡੀਓ ਨੂੰ ਵੀ ਤੁਸੀਂ ਪਿਆਰ ਕਰੋਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਸੀਂ ਵੀ ਭਾਈ ਇਹ ਪੂਰੀ ਕਹਿੰਦੇ ਸੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਜੀ ਲਾਈਕ ਕਰੋ